ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ ਸਟੱਡੀ ਫੋਰ ਜੋਬ। ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਗੁੱਡ ਨਿਊਜ਼ ਲੈ ਕੇ ਆਏ, ਜੋ ਕਿ RRB ਦੇ ਵਿੱਚ ਜਿਹੜੀ ਵੈਕੈਂਸੀ ਭਰਤੀ ਨਿਕਲ ਚੁੱਕੀ ਹੈ 2019 ਦੇ ਲਈ, ਜਿਸ ਦੇ ਵਿੱਚ ਕੀ ਹੈ 35,000 ਪਲੱਸ ਜਿਹੜੀ ਤੁਹਾਨੂੰ ਵੈਕੈਂਸੀ ਦੇਖਣ ਨੂੰ ਮਿਲੇਗੀ, ਵੱਖ ਵੱਖ ਕੈਟਾਗਰੀ ਵਾਈਜ਼ ਜਿਹੜੀਆਂ 13 ਟਾਈਪਸ ਦੇ ਜਿਹੜੇ 13 ਪ੍ਰਕਾਰ ਦੀਆਂ ਜਿਹੜੀ ਤੁਹਾਨੂੰ ਪੋਸਟਾਂ ਦੇਖਣ ਨੂੰ ਮਿਲੀਆਂ, ਜਿਸ ਵਿੱਚ ਸਟੇਸ਼ਨ ਮਾਸਟਰ, ਗੁੱਡਜ ਗਾਰਡ, ਕਲਰਕ, ਇਸ ਤੋਂ ਇਲਾਵਾ ਆਦਰਸ ਤੁਹਾਨੂੰ ਵੈਕੈਂਸੀ ਦੇਖਣ ਨੂੰ ਮਿਲੀ। ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ। ਇਸ ਵੀਡੀਓ ਨੂੰ ਜੋ ਪੂਰਾ ਫੋਲੋ ਕਰੋਗੇ ਤਾਂ ਤੁਹਾਨੂੰ ਸਾਰੀ ਹੀ ਜਾਣਕਾਰੀ ਮਿਲ ਜੂ। ਜੇਕਰ ਤੁਸੀਂ ਪੰਜਾਬ ਦੇ ਕੈਂਡੀਡੇਟ ਹੋ ਤਾਂ ਤੁਹਾਨੂੰ ਇਸ ਦੇ ਵਿੱਚ ਕਿਸ ਤਰ੍ਹਾਂ ਅਪਲਾਈ ਕਰਨਾ ਚਾਹੀਦਾ ਹੈ, ਕਿਹੜਾ ਜੋਨ ਤੁਹਾਡੇ ਲਈ ਬੈਸਟ ਰਹੇਗਾ, ਕਿਹੜੀ ਪੋਸਟ ਤੁਹਾਡੇ ਲਈ ਬੈਸਟ ਰਹੇਗੀ, ਕੁਆਲੀਫਿਕੇਸ਼ਨ 10ਵੀਂ ਵਾਲੇ ਕਿਹੜੀ ਪੋਸਟ ਅਪਲਾਈ ਕਰ ਸਕਦੇ ਆ, ਪਲੱਸ 2 ਵਾਲੇ ਕਿਹੜੀ ਕਰ ਸਕਦੇ ਆ, BA ਵਾਲੇ ਕਿਹੜੀ ਕਰ ਸਕਦੇ ਆ, ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਮਿਲ ਜਾਵੇਗੀ। ਜੇਕਰ ਚੈਨਲ ਨੂੰ ਪਹਿਲੀ ਵਾਰ ਦੇਖ ਲਓ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਨੈਕਸਟ ਇਨਫੋਰਮੇਸ਼ਨ ਇਸ ਤਰ੍ਹਾਂ ਤੁਹਾਨੂੰ ਮਿਲਦੀ ਰਹੇ। ਹਾਂਜੀ, ਸਟਾਰਟ ਕਰ ਲਾਂਗੇ। ਦੇਖਦੇ ਸਭ ਤੋਂ ਪਹਿਲਾਂ ਜਿਹੜੀ ਐਪਲੀਕੇਸ਼ਨ, ਜਿਹੜੀ ਰਜਿਸਟ੍ਰੇਸ਼ਨ ਸਟਾਰਟ ਹੋ ਚੁੱਕੀ ਹੈ 1/3/2019 ਤੋਂ ਸਟਾਰਟ ਹੋ ਚੁੱਕੀ ਹੈ, ਠੀਕ ਹੈ ਜੀ। ਲਾਸਟ ਡੇਟ ਕੀ ਰਹੇਗੀ, 31/3/2019 ਲਾਸਟ ਡੇਟ ਰਹੇਗੀ। ਜਿਹੜੀ ਐਪਲੀਕੇਸ਼ਨ ਫੀਸ ਜਿਹੜੀ ਤੁਸੀਂ ਇਸਦੇ ਵਿੱਚ ਫਿਲ ਕਰਨੀ ਹੈ, ਵੀਡੀਓ ਨੂੰ ਪੋਜ਼ ਕਰਕੇ ਵੀ ਤੁਸੀਂ ਦੇਖ ਸਕਦੇ ਹੋ, ਜਿਹੜੀ ਫੁੱਲ ਇਨਫੋਰਮੇਸ਼ਨ ਇਸਦੇ ਵਿੱਚ ਦਿੱਤੀ ਗਈ ਹੈ। ਆਨਲਾਈਨ ਬੈਂਕਿੰਗ, ਜਿਹੜੀ ਨੈੱਟ ਬੈਂਕਿੰਗ ਜਾਂ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਇਸ ਔਦਰ ਰਾਹੀਂ ਤੁਸੀਂ ਕਰ ਸਕਦੇ ਹੋ, 5/4/2019 ਤੱਕ ਜਿਹੜਾ ਫੀਸ ਨੂੰ ਜਮ੍ਹਾਂ ਕਰਾ ਸਕਦੇ। ਉਸ ਤੋਂ SBI ਚਲਾਉਣ ਰਾਹੀਂ ਵੀ ਸੇਮ ਡੇਟ ਰਹੇਗੀ, ਪੋਸਟ ਆਫਿਸ ਚਲਾਉਣ ਰਾਹੀਂ ਵੀ ਸੇਮ ਹੀ ਡੇਟ ਤੁਹਾਨੂੰ ਦੇਖਣ ਨੂੰ ਮਿਲੇਗੀ, ਠੀਕ ਹੈ ਜੀ। ਫਾਈਨਲ ਸਬਮਿਸ਼ਨ ਜਿਹੜਾ ਹੋਏਗਾ ਤੁਹਾਡਾ ਐਪਲੀਕੇਸ਼ਨ 12/4/2019 ਤੱਕ ਹੋ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਤੁਹਾਡਾ ਫਸਟ ਟੈਸਟ ਹੋਏਗਾ, CVT Stage 1 ਦਾ ਜਿਹੜਾ ਟੈਸਟ ਹੋਏਗਾ, ਉਸ ਦੇ ਲਈ ਜਿਹੜੀ ਜੂਨ ਜਾਂ ਸੈਪਟੰਬਰ ਦੇ ਵਿੱਚ ਜਿਹੜੀ ਡੇਟ ਲਾਣੀ ਜਾਏਗੀ ਵਿਭਾਗ ਦੀ ਵੈਬਸਾਈਟ 'ਤੇ, ਤੁਸੀਂ ਉਸ ਨੂੰ ਵਿਜ਼ਿਟ ਕਰਦੇ ਰਹੋ। ਹਾਂਜੀ, ਇਹ ਬਾਅਦ ਦੀਆਂ ਗੱਲਾਂ ਦੇ, ਉਸ ਤੋਂ ਪਹਿਲਾਂ ਅਸੀਂ ਦੇਖ ਸਕਦੇ ਹਾਂ ਜਿਹੜੀ ਵੈਕੈਂਸੀ ਕਿਸ ਤਰ੍ਹਾਂ ਦੀ ਹੈ, ਕਿਸ ਲੈਵਲ ਦੀ ਹੈ। ਸਭ ਤੋਂ ਪਹਿਲਾਂ ਡਿਟੇਲ ਆਫ ਦਾ ਵੈਕੈਂਸੀ, ਜਿਸ ਦੇ ਵਿੱਚ ਕੀ ਹੈ, ਕੁਆਲੀਫਿਕੇਸ਼ਨ ਪਲੱਸ 2 ਵਾਲੇ ਜਿਹੜੇ 18 ਤੋਂ 30 ਈਅਰ ਏਜ ਇਸ ਦੇ ਵਿੱਚ ਦਿੱਤੀ ਗਈ ਹੈ। ਪਲੱਸ 2 ਵਾਲੇ ਕੀ ਅਪਲਾਈ ਕਰ ਸਕਦੇ ਆ, ਜਿਸ ਦੇ ਵਿੱਚ 5 ਟਾਈਪਸ ਦੀਆਂ ਤੁਹਾਨੂੰ ਵੈਕੈਂਸੀ ਦੇਖਣ ਨੂੰ ਮਿਲਣਗੀਆਂ। ਜੂਨੀਅਰ ਕਮ ਕਲਰਕ ਜਿਹੜੀ ਲੈਵਲ 2 ਦੀ ਪੋਸਟ ਹੈ, ਜਿਸ ਦੀ ਪੇ ਤੁਸੀਂ ਦੇਖ ਸਕਦੇ ਹੋ 19,900 ਜਿਹੜੀ ਪੇ ਦਿੱਤੀ ਜਾਏਗੀ। ਜਿਹੜੀ ਟੋਟਲ ਵੈਕੈਂਸੀ ਹੈ 4,319 ਵੈਕੈਂਸੀ ਇਸ ਦੇ ਵਿੱਚ ਦਿੱਤੀ ਗਈ ਹੈ। ਉਸ ਤੋਂ ਅਕਾਊਂਟ ਕਮ ਕਲਰਕ ਟਾਈਪਿਸਟ ਇਸ ਦੇ ਵਿੱਚ ਜਿਹੜੀ ਸੈਕਿੰਡ ਲੈਵਲ ਦੀ ਵੀ ਵੈਕੈਂਸੀ ਹੈਗੀ ਹੈ, 19,000 ਤੁਹਾਨੂੰ ਪੇ ਦਿੱਤੀ ਹੈਗੀ, 19,760 ਵੈਕੈਂਸੀ ਹੈ। ਤਾਂ ਉਸ ਤੋਂ ਜੂਨੀਅਰ ਟਾਈਮ ਕੀਪਰ ਦੀ ਵੈਕੈਂਸੀ ਹੈਗੀ ਹੈ, ਸੇਮ ਹੀ ਪੇ ਰਹੇਗੀ। ਇਸ ਦੇ ਵਿੱਚ 17 ਤੁਹਾਨੂੰ ਵੈਕੈਂਸੀ ਦਿੱਤੀ ਗਈ ਹੈ, 17 ਕੁੱਲ ਅਸਾਮੀਆਂ ਨੇ। ਉਸ ਤੋਂ ਟ੍ਰੇਨ ਕਲਰਕ ਦੀ ਜਿਹੜੀ ਵੈਕੈਂਸੀ ਦਿੱਤੀ ਹੈ, 592 ਵੈਕੈਂਸੀ ਹੈਗੀ ਹੈ, ਸੇਮ ਪੇ ਰਹੇਗੀ। ਉਸ ਤੋਂ ਕਮਰਸ਼ੀਅਲ ਕਮ ਟਿਕਟ ਕਲਰਕ ਦੀ ਜਿਹੜੀ ਵੈਕੈਂਸੀ ਹੈ, ਦੇਖ ਸਕਦੇ ਕਾਫੀ ਵਧੀਆ ਇਸ ਦੇ ਵਿੱਚ ਅਸਾਮੀਆਂ ਦਿੱਤੀਆਂ ਗਈਆਂ ਨੇ। 21,700 ਜਿਹੜੀ ਤੁਹਾਨੂੰ ਪੇ ਮਿਲੇਗੀ, 3 ਲੈਵਲ ਦੀ ਜਿਹੜੀ ਵੈਕੈਂਸੀ ਹੈ, ਜਿਸ ਦੇ ਵਿੱਚ 4,940 ਜਿਹੜੇ ਤੁਹਾਨੂੰ ਟੋਟਲ ਅਸਾਮੀਆਂ ਦਿੱਤੀਆਂ ਗਈਆਂ। ਜੇਕਰ ਟੋਟਲ ਅਸਾਮੀਆਂ ਦੀ ਗੱਲ ਕਰੀਏ ਪਲੱਸ 2 ਲੈਵਲ ਦੀ, ਤਾਂ ਪਲੱਸ 2 ਲੈਵਲ ਵਾਸਤੇ ਜਿਹੜੀ ਭਰਤੀ ਨਿਕਲੀ ਆ, 10,628 ਵੈਕੈਂਸੀ, ਕਾਫੀ ਵੱਡੀ ਗਿਣਤੀ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ, ਠੀਕ ਹੈ ਜੀ। ਤੁਸੀਂ ਅਪਲਾਈ ਕਰ ਸਕਦੇ ਹੋ, ਪੂਰੀ ਜਾਣਕਾਰੀ ਅੱਗੇ ਹੋਰ ਦੇਖ ਸਕਦੇ ਹਾਂ। ਇਸ ਦੇ ਵਿੱਚ ਕੀ ਹੈ, ਨੈਕਸਟ ਤੁਸੀਂ ਦੇਖ ਸਕਦੇ ਹੋ ਗੁੱਡਜ਼ ਗਾਰਡ। ਹਾਂਜੀ, ਇਸ ਦੇ ਵਿੱਚ ਕੀ ਹੈ, ਗ੍ਰੈਜੂਏਸ਼ਨ ਦੇ ਲਈ ਜਿਹੜੀ ਵੈਕੈਂਸੀ ਹੈਗੀ ਹੈ, ਇਸ ਦੇ ਵਿੱਚ ਏਜ ਕਿੰਨੀ ਰਹੇਗੀ, 18 ਤੋਂ 33 ਈਅਰ ਰਹੇਗੀ, ਠੀਕ ਹੈ ਜੀ। ਉਹ ਵੈਕੈਂਸੀ ਹੈ ਟ੍ਰੈਫਿਕ ਅਸਿਸਟੈਂਟ ਗੁੱਡਜ਼ ਗਾਰਡ, ਸੀਨੀਅਰ ਕਮਰਸ਼ੀਅਲ ਕਮ ਟਿਕਟ ਕਲਰਕ, ਸੀਨੀਅਰ ਕਲਰਕ ਕਮ ਟਾਈਪਿਸਟ, ਜੂਨੀਅਰ ਅਕਾਊਂਟ ਅਸਿਸਟੈਂਟ ਕਮ ਟਾਈਪਿਸਟ ਦੀ ਹੈ, ਸੀਨੀਅਰ ਟਾਈਮ ਕੀਪਰ ਦੀ ਹੈ, ਕਮਰਸ਼ੀਅਲ ਅਪ੍ਰੈਂਟਿਸ ਅਤੇ ਉਸ ਤੋਂ ਸਟੇਸ਼ਨ ਮਾਸਟਰ ਦੀ ਹੈ, ਠੀਕ ਹੈ। ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ 4, 5, 6 ਲੈਵਲ ਦੀ ਜਿਹੜੀ ਵੈਕੈਂਸੀ ਇਸ ਦੇ ਵਿੱਚ ਦੱਸੀ ਗਈ ਹੈ। ਟੋਟਲ ਵੈਕੈਂਸੀ ਇਸ ਦੇ ਵਿੱਚ ਕਾਫੀ ਵੱਡੀ ਜਿਹੜੀ ਗਿਣਤੀ ਟੋਟਲ ਮੈਂਸ਼ਨ ਕੀਤੀ ਗਈ ਹੈ, 24,649, ਠੀਕ ਹੈ ਜੀ। ਤਾਂ ਇਸ ਦੇ ਵਿੱਚ 25,000 ਰੁਪਏ ਜਿਹੜੀ ਤੁਹਾਨੂੰ ਟ੍ਰੈਫਿਕ ਅਸਿਸਟੈਂਟ ਲਈ ਮਿਲੇਗੀ, ਤਾਂ 88 ਵੈਕੈਂਸੀ ਹੈਗੀ ਹੈ ਕੁੱਲ। ਤਾਂ ਉਸ ਗੁੱਡਜ਼ ਗਾਰਡ ਦੀ ਬੈਸਟ ਵੈਕੈਂਸੀ ਹੈ। ਗੁੱਡਜ਼ ਗਾਰਡ ਕੀ ਹੁੰਦਾ ਜੀ, ਗੁੱਡਜ਼ ਗਾਰਡ ਜੋ ਕਿ ਮਾਲ ਗੱਡੀ ਦੇ ਪਿੱਛੇ ਇੱਕ ਸਾਨੂੰ ਲੋਹੇ ਦਾ ਡੱਬਾ ਦੇਖਣ ਨੂੰ ਮਿਲਦਾ, ਉਸ ਦੇ ਵਿੱਚ ਜੋ ਇੱਕ ਫਲੈਗ ਲੈ ਕੇ, ਰੈੱਡ ਗ੍ਰੀਨ ਫਲੈਗ ਲੈ ਕੇ ਜਿਹੜਾ ਸਿਗਨਲ ਦਿੰਦਾ, ਤਾਂ ਉਹ ਗੁੱਡਜ਼ ਗਾਰਡ ਹੁੰਦਾ, ਠੀਕ ਹੈ ਜੀ। ਗੁੱਡਜ਼ ਗਾਰਡ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਬਹੁਤ ਹੀ ਵਧੀਆ ਗੁੱਡਜ਼ ਗਾਰਡ ਦੀ ਜਿਹੜੀ ਵੈਕੈਂਸੀ ਹੈ, 5,748 ਜਿਹੜੀ ਤੁਹਾਨੂੰ ਵੈਕੈਂਸੀ ਇਸ ਦੇ ਵਿੱਚ ਦੇਖਣ ਨੂੰ ਮਿਲੇਗੀ, ਠੀਕ ਹੈ ਜੀ। ਪੇ ਦੇਖ ਸਕਦੇ ਹੋ 29,200 ਮਿਲੇਗੀ। ਉਸ ਤੋਂ ਬਾਅਦ ਸੀਨੀਅਰ ਕਮਰਸ਼ੀਅਲ ਕਮ ਟਿਕਟ ਕਲਰਕ ਦੇ ਵਿੱਚ ਜਿਹੜੀ ਵੈਕੈਂਸੀ ਹੈਗੀ ਹੈ, 5,638, ਬਹੁਤ ਵੱਡੀ ਵੈਕੈਂਸੀ ਹੈ, ਇਸ ਨੂੰ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਗ੍ਰੈਜੂਏਸ਼ਨ ਹੋ, ਠੀਕ ਹੈ ਜੀ। 18 ਤੋਂ 33 ਈਅਰ ਤੁਹਾਡੀ ਏਜ ਹੋਣੀ ਚਾਹੀਦੀ ਹੈ। ਨੈਕਸਟ ਤੁਸੀਂ ਦੇਖ ਸਕਦੇ ਹੋ ਜੂਨੀਅਰ ਅਕਾਊਂਟ ਅਸਿਸਟੈਂਟ ਕਮ ਟਾਈਪਿਸ, ਜਿਹੜੀ ਇਸ ਦੇ ਵਿੱਚ ਪੇ ਹੈ 29,200 ਹੈਗੀ ਹੈ, 3,164 ਵੈਕੈਂਸੀ ਦਿੱਤੀ ਗਈ ਹੈ। ਉਸ ਤੋਂ ਬਾਅਦ ਸੀਨੀਅਰ ਕਮ ਟਾਈਪਿਸਟ ਇੱਕ ਰਹਿ ਗਈ ਸੀ, ਤਾਂ ਜਿਸ ਦੇ ਵਿੱਚ ਕੀ ਹੈ, ਪੇ ਸੇਮ ਹੋਏਗੀ, 2,873 ਜਿਹੜੀ ਵੈਕੈਂਸੀ ਤੁਹਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲੇਗੀ, ਠੀਕ ਹੈ ਜੀ। ਕਮਰਸ਼ੀਅਲ
ਅਪ੍ਰੈਂਟਿਸ ਜਿਹੜੀ ਵੈਕੈਂਸੀ ਹੈਗੀ ਹੈ 269 ਵੈਕੈਂਸੀ ਹੈ, ਤੇ ਉਸ ਤੋਂ ਸੀਨੀਅਰ ਟਾਈਮ ਕੀਪਰ ਦੀ ਜਿਹੜੀ 14 ਵੈਕੈਂਸੀ ਦਿੱਤੀ ਗਈ ਹੈ। ਪੇ ਇਸ ਦੇ ਵਿੱਚ ਕਾਫੀ ਜਿਹੜੀ ਵਧੀਆ ਮੈਂਸ਼ਨ ਕੀਤੀ ਗਈ ਹੈ। ਦੇਖ ਸਕਦੇ ਹੋ ਉਸ ਤੋਂ ਸਟੇਸ਼ਨ ਮਾਸਟਰ, ਸਟੇਸ਼ਨ ਮਾਸਟਰ ਦੀ ਪੋਸਟ ਹਰ ਕੋਈ ਜਿਹੜਾ ਭਰਨ ਦੀ ਚਾਹਤ ਰੱਖਦਾ ਹੈ। ਸਟੇਸ਼ਨ ਮਾਸਟਰ ਦੀ ਜਿਹੜੀ ਪੂਰੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਗ੍ਰੈਜੂਏਸ਼ਨ ਜੇਕਰ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਸਟੇਸ਼ਨ ਮਾਸਟਰ ਦੇ ਜਿਹੜੇ 3 ਟੈਸਟ ਹੋਣਗੇ, ਤੁਹਾਨੂੰ ਇਹ ਵੀ ਦੱਸ ਦਿੱਤੀ ਕਿ ਜਿਸ ਦੇ ਵਿੱਚ CVT 1, CVT 2, CVT 3 ਹੋਏਗਾ, ਠੀਕ ਹੈ ਜੀ। ਤਾਂ ਇਸ ਦੀ ਜਿਹੜੀ ਪੋਸਟ ਹੈ ਕੁੱਲ ਸਮੇਂ 6,865 ਜਿਹੜੀ ਤੁਹਾਨੂੰ ਇੱਥੇ ਦਿੱਤੀ ਗਈ ਹੈ, ਠੀਕ ਹੈ ਜੀ। ਅੱਗੇ ਕੀ ਜਿਹੜੀ ਫੀਸ ਕਿੰਨੀ ਹੈ ਇਹਨਾਂ ਪੋਸਟਾਂ ਲਈ ਤੁਸੀਂ ਦੇਖ ਸਕਦੇ ਹੋ। ਹਾਂਜੀ, ਏਜ ਲਿਮਿਟ ਦੀ ਗੱਲ ਕਰ ਲਈਏ, ਜੇਕਰ ਏਜ ਲਿਮਿਟ ਦੇ ਵਿੱਚ, ਏਜ ਲਿਮਿਟ ਦੀ ਜੇਕਰ ਅੰਡਰ ਗ੍ਰੈਜੂਏਟ ਲਈ ਜਿਹੜੀ ਗੱਲ ਕੀਤੀ ਜਾਵੇ, ਜਿਸ ਦੇ ਵਿੱਚ ਕੀ ਹੈ ਤੁਸੀਂ ਦੇਖ ਲਓ 18 ਤੋਂ 30 ਜਿਹੜੀ ਤੁਹਾਨੂੰ ਦੱਸੀ ਗਈ ਹੈ ਮੈਕਸੀਮਮ ਹੈਗੀ ਹੈ, ਤਾਂ ਇਸ ਦੇ ਵਿੱਚ ਜਿਹੜੀ ਇਲੈਕਸ਼ਨ ਦਿੱਤੀ ਜਾਏਗੀ OBC ਨੂੰ ਜਿਹੜੀ 3 ਈਅਰ, ਔਰ SST SC ਨੂੰ ਜਿਹੜੀ ਜਾਂ ST ਨੂੰ ਦਿੱਤੀ ਜਾਏਗੀ, ਇਸ ਦੇ ਵਿੱਚ 5 ਈਅਰ ਤੁਹਾਨੂੰ ਇਲੈਕਸ਼ਨ ਮਿਲੇਗੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਨੈਕਸਟ ਜੋ ਗ੍ਰੈਜੂਏਟ ਲੈਵਲ ਪੋਸਟ ਹੈ, ਤਾਂ ਉਸ ਦੇ ਵਿੱਚ ਏਜ ਇਲੈਕਸ਼ਨ ਕੀ ਹੈ। ਗ੍ਰੈਜੂਏਟ ਲੈਵਲ ਪੋਸਟ ਦੇ ਵਿੱਚ ਕੀ ਹੈ, 18 ਤੋਂ 33 ਈਅਰ ਤੁਹਾਡੀ ਮੈਕਸੀਮਮ ਹੋਣੀ ਚਾਹੀਦੀ ਹੈ, ਤਾਂ ਜਿਸ ਦੇ ਵਿੱਚ OBC ਲਈ ਜਿਹੜੀ 3 ਈਅਰ ਹੈ, ਅਤੇ SC ST ਦੇ ਲਈ 5 ਈਅਰ ਇਲੈਕਸ਼ਨ ਇਸ ਦੇ ਵਿੱਚ ਦਿੱਤੀ ਜਾਏਗੀ, ਠੀਕ ਹੈ ਜੀ। ਇਸ ਦੇ ਵਿੱਚ ਨੈਕਸਟ ਕੀ ਹੈ, ਤੁਸੀਂ ਫੀਸ ਦੇਖ ਸਕਦੇ ਹੋ। ਜਿਹੜੀ ਜਨਰਲ ਕੈਟਾਗਰੀ ਲਈ ਤਾਂ ਫੀਸ ਹੋਏਗੀ 500, ਠੀਕ ਹੈ। OBC ਦੇ ਜਨਰਲ ਲਈ ਫੀਸ ਜਿਹੜੀ 500 ਹੋਏਗੀ, ਤਾਂ 400 ਜਿਹੜੀ ਤੁਹਾਡੀ ਰਿਫੰਡੇਬਲ ਹੋਏਗੀ। ਜਦੋਂ ਹੀ ਤੁਸੀਂ CVT ਟੈਸਟ 1 ਅਪੀਅਰ ਕਰ ਦਿੱਤਾ, ਤਾਂ ਜੇ 400 ਤੁਹਾਨੂੰ ਵਾਪਸ ਮਿਲ ਜਾਏਗਾ। ਇਸੇ ਤਰ੍ਹਾਂ ਤੁਸੀਂ SC ST ਜਾਂ ਅਦਰ ਕੈਟਾਗਰੀਜ ਦੇ ਲਈ ਜਿਹੜੀ ਪੋਸਟ ਦੇਖ ਸਕਦੇ ਹੋ, ਉਸ ਦੇ ਵਿੱਚ ਕੀ ਹੈ 250 ਜਿਹੜੇ 250 ਰੁਪਏ ਸਾਰੀ ਟੋਟਲ ਫੀਸ ਹੋਏਗੀ, ਟੋਟਲੀ ਹੀ ਟੋਟਲ ਜਿਹੜੀ ਰਿਫੰਡੇਬਲ CVT 1 ਦੇ ਬਾਅਦ ਹੋ ਜਾਏਗੀ, ਠੀਕ ਹੈ ਜੀ। ਨੈਕਸਟ ਇਸ ਦੇ ਵਿੱਚ ਤੁਸੀਂ ਦੇਖਦੇ ਹੋ CVT 1 ਦਾ ਜਿਹੜਾ ਸਿਲੇਬਸ ਹੈ ਉਹ ਕੀ ਹੈ। CVT 1 ਦੇ ਵਿੱਚ 90 ਮਿੰਟਾਂ ਦਾ ਪੇਪਰ ਹੋਏਗਾ, ਜਨਰਲ ਨੌਲੇਜ 40 ਨੰਬਰਾਂ ਦੀ ਹੋਏਗੀ, ਉਸ ਤੋਂ ਮੈਥਮੈਟਿਕਸ 30 ਨੰਬਰਾਂ ਦਾ ਹੋਏਗਾ, ਜਨਰਲ ਇੰਟੈਲੀਜੈਂਸੀ ਐਂਡ ਰੀਜਨਿੰਗ ਜਿਹੜੀ 30 ਨੰਬਰ ਦਾ ਹੋਏਗਾ। ਟੋਟਲ 100 ਨੰਬਰ ਜਿਹੜਾ ਤੁਹਾਨੂੰ ਪੇਪਰ ਦੇਖਣ ਨੂੰ, ਹਰ ਇੱਕ ਕੁਐਸਚਨ ਜਿਹੜਾ 1 ਨੰਬਰ ਦਾ ਹੋਏਗਾ। ਤਾਂ ਇਸ ਦੇ ਵਿੱਚ ਤੁਸੀਂ ਇਸ ਨੂੰ ਵੀਡੀਓ ਨੂੰ ਪੌਜ਼ ਕਰਕੇ ਦੇਖ ਸਕਦੇ ਹੋ। ਨੀਚੇ ਜਿਹੜਾ ਸਿਲੇਬਸ ਦੱਸਿਆ ਗਿਆ ਮੈਥਮੈਟਿਕਸ ਦਾ, ਜਨਰਲ ਇੰਟੈਲੀਜੈਂਸੀ ਰੀਜਨਿੰਗ ਦਾ, ਅਤੇ ਜਨਰਲ ਅਵੇਅਰਨੈਸ ਦਾ, ਠੀਕ ਹੈ ਜੀ। ਨੈਕਸਟ ਤੁਸੀਂ ਜਿਹੜਾ ਸੈਕਿੰਡ ਟੈਸਟ ਹੋਏਗਾ, ਤਾਂ ਉਸ ਲਈ ਕੀ ਹੈ, CVT 2 ਹੋਏਗਾ, ਤਾਂ ਉਸ ਲਈ 90 ਮਿੰਟ ਹੀ ਹੋਰ ਤੁਹਾਨੂੰ ਦਿੱਤੇ ਜਾਣਗੇ। ਜਿਹੜਾ ਜਨਰਲ ਅਵੇਅਰਨੈਸ ਜਿਹੜੀ ਤੁਹਾਡੀ 50 ਨੰਬਰਾਂ ਦੀ ਹੋਏਗੀ, ਮੈਥਮੈਟਿਕਸ ਜਿਹੜਾ 35 ਨੰਬਰ ਦਾ ਹੋ ਜਾਏਗਾ, ਜਨਰਲ ਇੰਟੈਲੀਜੈਂਸੀ ਐਂਡ ਰੀਜਨਿੰਗ ਜਿਹੜੀ 35 ਨੰਬਰ ਜੋ, ਟੋਟਲ ਕੁਐਸਚਨ 120 ਹੋਣਗੇ, 120 ਹੀ ਨੰਬਰਾਂ ਦਾ ਟੈਸਟ ਹੋਏਗਾ। ਤਾਂ ਇਸ ਦੇ ਵਿੱਚ ਹੀ ਜਿਹੜਾ ਅਸਲ ਨਿਚੋੜ ਕੱਢਿਆ ਜਾਏਗਾ, ਤਾਂ ਤੁਸੀਂ ਦੇਖ ਸਕਦੇ ਹੋ। ਨੈਕਸਟ ਜਿਹੜੀ 1/3 ਮਾਰਕਸ ਦੀ ਜਿਹੜੀ ਤੁਹਾਨੂੰ ਕੀ ਹੈ, ਨੈਗੇਟਿਵ ਮਾਰਕ ਜਿਹੜੀ ਦੇਖਣ ਨੂੰ ਮਿਲੇਗੀ ਇਸ ਦੇ ਵਿੱਚ। ਹਾਂਜੀ, ਜੇਕਰ ਤੁਸੀਂ ਜੋਨ ਬਾਈ ਗੱਲ ਕਰਦੇ, ਜੇਕਰ ਤੁਸੀਂ ਪੰਜਾਬ ਦੇ ਹੋ, ਤਾਂ ਤੁਸੀਂ ਆਪਣੇ ਚੰਡੀਗੜ੍ਹ ਜੋਨ ਦੇ ਵਿੱਚ ਜਿਹੜਾ ਇਸ ਪੋਸਟ ਨੂੰ ਭਰ ਸਕਦੇ ਹੋ। ਦੇਖ ਸਕਦੇ ਹੋ ਟੋਟਲ ਇਸ ਦੇ ਵਿੱਚ ਵੰਡ ਕੀਤੀ ਗਈ ਹੈ, ਕਿੰਨੀ ਵੈਕੈਂਸੀ ਦਿੱਤੀ ਗਈ ਹੈ, 24,187 ਜਿਹੜੀ ਟੋਟਲ ਵੈਕੈਂਸੀ ਦਿੱਤੀ ਗਈ ਹੈ। ਵੱਖ ਵੱਖ ਜਿਹੜੀ 13 ਟਾਈਪਸ ਦੀ ਜਿਹੜੀ ਵੈਕੈਂਸੀ ਆਈ ਹੈ ਰੇਲਵੇ RRB ਵਿੱਚ। ਜੇਕਰ ਤੁਹਾਨੂੰ ਇਹ ਸਾਡੀ ਇਨਫੋਰਮੇਸ਼ਨ ਵਧੀਆ ਲੱਗੀ, ਪਲੀਜ਼ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਇਸ ਤਰ੍ਹਾਂ ਦਾ ਜਿਹੜਾ ਪੰਜਾਬ ਲੈਵਲ ਦਾ ਹੋਵੇ, ਚਾਹੇ ਆਲ ਇੰਡੀਆ ਲੈਵਲ ਦੀ ਕੋਈ ਵੀ ਜੋਬ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ, ਤਾਂ ਕਿ ਤੁਹਾਨੂੰ ਮੈਸੇਜ ਜ਼ਰੀਏ ਹਰ ਨੋਟੀਫਿਕੇਸ਼ਨ ਮਿਲਦਾ ਰਹੇ। ਇਸ ਤੋਂ ਇਲਾਵਾ ਤੁਸੀਂ ਜੇਕਰ PSAT ਨਾਲ ਜੁੜੇ ਹੋ, ਤਾਂ PSAT ਦੀ ਤਿਆਰੀ ਲਈ ਸਾਡੇ ਚੈਨਲ ਨਾਲ ਜੁੜ ਕੇ ਸੋਸ਼ਲ ਸਾਇੰਸ ਦੀਆਂ ਸਾਰੀਆਂ ਹੀ ਵੀਡੀਓ ਜਿਹੜੀਆਂ 6ਵੀਂ ਕਲਾਸ ਤੋਂ ਲੈ ਕੇ 7ਵੀਂ ਕਲਾਸ ਤੱਕ SST ਦੀਆਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਜਾਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਲਾਈਵ ਕਲਾਸ ਰਾਤ 9 ਦੇ ਟਾਈਮ 'ਤੇ ਜਿਹੜੀ ਤੁਹਾਡੇ ਲਈ ਲੈ ਕੇ ਆਉਂਦੇ, ਜਿਸ ਦੇ ਪੰਜਾਬੀ ਪੈਡਾਗੋਗੀ ਅਤੇ ਸਾਈਕਲੋਜੀ ਦੀ ਜਿਹੜੀ ਚਲਾਈ ਹੋਈ ਹੈ, ਤਾਂ ਉਸ ਨੂੰ ਵੇਖਣ ਲਈ ਤੁਸੀਂ ਸਾਡੇ ਚੈਨਲ 'ਤੇ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਸੋ ਮੱਚ।